Please like and subscribe the channel. Please like and subscribe the channel. ਜੀ ਨਹੀਂ ਕਰਦਾ ਪਰ ਦੇਖ ਜਾਂ ਚਲ ਕੋਈ ਨਾ ਪੀ ਲਾ ਫਟ ਜੇ ਹਾਰ ਗਏ ਤਾਂ ਫੇਰ ਕੀ ਹੋ ਗਿਆ ਆ ਲੋ ਚਾਹ ਦਾ ਫਟ ਪੀ ਦੇਖੋ ਗੱਲ ਸੁਣੋ ਮੇਰੀ ਐਦਾਂ ਢੇਰੀ ਸਿੱਟ ਕੇ ਕੁਛ ਨਹੀਂ ਬਣਨਾ ਹੁਣ ਆਪਾਂ ਸਾਰਿਆਂ ਨੂੰ ਹੌਸਲਾ ਰੱਖਣਾ ਪੈਣਾ ਫੇਰ ਸਹੀ ਕਦੇ एक गल मेरी समझ नहीं आती ये सब हो किवें गया अपने कन्नी सारी पत्ती इन्निया बूटा अपने फिर भी एड्डी भैड़ी हार ये बनेगी कोई समझ ही नहीं आती कदे सोचे ही नहीं भी आए हरा कोई हौसला रखो जो होना सी हो गया ना आ जा लंघे सरपंच सर सत श्रीकाल जी सत श्रीकाल जी सत श्रीकाल जी मैं तो उ बैठा ਪਰ ਤੁਸੀਂ ਤਾਂ ਕਮਾਲ ਹੀ ਕਰਤੀ ਤੁਸੀਂ ਤਾਂ ਟਿੱਬੇ ਦੇ ਪਾਣੀ ਚੜਾਤਾ ਜਿੰਨੀਆਂ ਕੀਆਂ ਸੀ ਨਿਕਲੀਆਂ ਨਾ ਪੂਰੀਆਂ ਦੀਆਂ ਪੂਰੀਆਂ ਸਰਪੰਚ ਸਾਹਿਬ ਨਾ ਦੋ ਇੱਧਰ ਤੇ ਨਾ ਦੋ ਇੱਧਰ ਮੰਨ ਕੇ ਦੇਖਾ ਤੇਰੇ ਦਿਮਾਗ ਨੂੰ ਤੂੰ ਦਾ ਪਤਾ ਨਹੀਂ ਦਿਮਾਗ ਕੀ ਕਲਕੂਟੋ ਦੇ ਚੱਕ ਕਰੀ ਫਿਰਦਾ ਨਾ ਲਾਲੇ ਨੂੰ ਐਵੇਂ ਹੀ ਗਿਆ ਸਰਪੰਚ ਹੁੰਦੀ ਕਿਵੇਂ ਆ ਸਾਰੀਆਂ ਵੋਟਾਂ ਦਾ ਟੋਟਿਆਂ ਤੇ ਸੀ ਚਲੋ ਫਿਰ ਆਓ ਬਣਾਈਏ ਮਿੱਠਾ ਮਿੱਠਾ ਜਿਹਾ ਚਲੋ ਚਲੋ ऐसी मंजी ठोकती छोले च बाए जड़ा ही बाहर कट के रख दिया जड़ा की मैनू तो लगता जवाड़े कटोगे राजनीति सारे रखो लॉबी है कुड़े ताई आए करके इना धोखा मरन गए कुत्ते दी मौत खच्चरा वांगू दंद कटी जाते बाले पैड़े लगे जे मैं पिछा ना कर दी ना तो सारी कहानी का अजे भी नहीं पता लगना हाँ नी ताई
ਹੁਣ ਤਾਂ ਹੱਥ ਨੂੰ ਹੱਥ ਖਾਂਦਾ। ਜੈ ਵੱਡਿਆਂ ਨੇ ਮਾਂਜ ਕੇ ਰੱਖਤਾ ਸਾਨੂੰ ਤਾਂ ਚੌਰੇ ਕਿਸੇ ਥਾਂ ਦੇ। ਸਾਡੇ ਗਰੀਬਾਂ ਦੇ ਤਾਂ ਤੁਸੀਂ ਵੀ ਕੰਮ ਆਉਂਦੇ ਧੀਏ, ਰੱਬ ਵਰਗਾ ਆਸਰਾ ਹੈ ਤੁਹਾਡਾ ਸਾਨੂੰ। ਚੰਗਾ ਧੀਏ, ਮੈਂ ਹੁਣ ਚੱਲਦੀ ਹਾਂ, ਆਪਣਾ ਧਿਆਨ ਰੱਖਿਓ। ਨਾ ਚਾਹ ਪੀ ਕੇ ਜਾਂਦੇ ਰਹੋ ਤਾਈ ਜੀ, ਬਸ ਫਿਰ ਕਿਤੇ ਸਹੀ। ਚੱਲ ਚੰਗਾ। ਕੀ ਦੱਸਾਂ ਸਰਦਾਰ, ਮੰਗੋ ਦੇ ਕਿਹਾ ਬੋਲਤਾ ਮੈਥੋਂ ਸੁਣ ਲਈ, ਮੈਥੋਂ ਚਾਹ ਦੀ ਘੁੱਟੀ ਲੰਘ ਗਈ ਸੀ, ਕੀ ਪਤਾ ਸੀ ਇਹੋ ਜਿਹੇ ਨਿਕਲਣਗੇ ਤੁਹਾਨੂੰ। ਤਾਰਾ ਸਾਨੂੰ ਸਹੀ ਗੱਲ ਦੱਸ, ਹੋਇਆ ਕੀ ਹੈ, ਬਾਜ਼ਾਰ ਦਾ ਕਿਉਂ ਪਾਈ ਜਾਂਦਾ? ਨਹੀਂ, ਲਾਲ ਅਤੇ ਦਲੀਪ ਨੇ ਗੁਦਾਰੀ ਕੀਤੀ ਆਪਣੇ ਨਾਲ, ਪਤਾ ਤੁਹਾਨੂੰ ਆਪਣੇ ਨਾਲ ਗੁਦਾਰੀ ਹੋਈ ਆ, ਮੰਗੋ ਨੇ ਦੱਸਿਆ ਜੀ ਮੈਨੂੰ। ਅਮਲੀਆ, ਦਲੀਪ ਸਿਉਂ ਤੇ ਬਹੁਤ ਭਰੋਸਾ ਸੀ, ਉਹ ਐਂ ਕੀ ਪਤਾ ਸੀ ਕਿ ਉਹ ਐਂ ਠੂਠਾ ਬੂਥਾ ਮਾਰ ਦੇਣਗੇ, ਹੁਣ ਨਾਲੇ ਕਿਹੜਾ ਕਿਸੇ ਦੇ ਕੋਈ ਢਿੱਡ 'ਚ ਵੜ ਕੇ ਵੇਖਦਾ। ਉਦੋਂ ਤਾਂ ਜਵਾਕਾਂ ਦੇ ਸਿਰ ਤੇ ਹੱਥ ਰੱਖ ਰੱਖ ਕੇ ਸੋਵਾਂ ਖਾਂਦੇ ਸੀ, ਕੀ ਪਤਾ ਸੀ ਵੀ ਐਡੇ ਬੇਈਮਾਨ ਨਿਕਲਣਗੇ। ਸਾਡੀ ਤਾਂ ਇੱਜ਼ਤ ਮਿੱਟੀ 'ਚ ਮਿਲਾ ਕੇ ਰੱਖਤੀ ਨਾ। ਤਾਇਆ ਜੀ, ਤੁਸੀਂ ਵੀ ਤਾਂ ਬਿਨਾਂ ਸੋਚੇ ਸਮਝੇ ਹਾਂ ਕਰਤੀ ਹੈ। ਵੱਡੜਿਆਂ ਨੂੰ ਵੀ ਹੋਣੀ ਕਰਨਾ ਚਾਹੀਦਾ ਸੀ ਸਾਡੇ ਨਾਲ। ਚੱਲ ਕੋਈ ਨਾ, ਰੱਬ ਤਾਂ ਦੇਖਦਾ, ਜੱਗੋ ਤੇਰ ਵੀ ਕਰਕੇ ਰੱਖਤੀ ਸਾਡੇ ਨਾਲ ਤਾਂ। ਸਾਨੂੰ ਕੀ ਪਤਾ ਸੀ ਇਹਨਾਂ ਦੀਆਂ ਬੇਈਮਾਨੀਆਂ ਦਾ, ਜੇ ਨਹੀਂ ਵੋਟਾਂ ਪਾਉਣੀਆਂ ਸੀ ਤਾਂ ਕਰ ਕਰ ਦਾਰੂ ਤਾਂ ਨਾ ਵੰਡਦੇ, ਉਦੋਂ ਤਾਂ ਝੋਲੇ ਭਰ ਭਰ ਕੇ ਦੇਈ ਗਏ ਨੇ ਪ੍ਰਾਹੁਣਿਆਂ ਨੂੰ। ਬਾਈ ਅਮਲੀ ਤਾਂ ਪਹਿਲਾਂ ਹੀ ਘੂਰੀਆਂ ਵੱਟਦਾ ਸੀ, ਘਰੇ ਦੀ ਵਿਚਾਰੇ ਦੀ ਕਿਸੇ ਨੇ ਸੁਣੀ ਹੋਈ ਨਹੀਂ। ਆਹੋ, ਮੈਨੂੰ ਤਾਂ ਪਤਾ ਸੀ ਘਰ ਘਰ ਦੀ ਸੀ ਆਈ ਡੀ ਦਾ। ਬਸ ਕਰੋ ਭਾਬੀ ਜੀ, ਬਸ ਕਰੋ, ਕੋਈ ਨਹੀਂ, ਆਉਣ ਦਿਓ ਟਾਈਮ, ਦਿਖਾਵਾਂਗੇ ਉਹਨਾਂ ਨੂੰ ਖੋਖਿਆਂ ਵਾਲਾ ਜਾਂਡਾ। ਸਬਰ ਕਰ, ਬਸ ਸਬਰ। ਪਿਚਕੀਆਂ ਗੰਢਾਂ ਨੂੰ ਦੰਦ ਤਾਂ ਲੱਗਣਗੇ, ਜੇ ਮੂੰਹ ਵਾਲਾ ਥੁੱਕ ਉਹਨਾਂ ਦੇ ਮੂੰਹ ਦੇ ਨਾ ਥੁੱਕਿਆ ਤਾਂ ਮੈਨੂੰ ਬਕਾਰਾ ਨਾ। ਢੱਠਾ ਸਾਣ ਤੇ ਜੱਟ ਕਦੇ ਵੈਰ ਨਹੀਂ ਭੁੱਲਦੇ, ਜਿਹੜੇ ਪੰਜ ਨਾਲ ਛਾਤਰੀ ਕੱਢੀ ਸੀ ਨਾ, ਉਸੇ ਪੰਜ ਨਾਲ ਮੁੱਧੀ ਮਾਰਾਂਗੇ। ਉਹਨਾਂ 'ਚ ਮੈਂ ਵੀ ਰਹਿ ਗਿਆ ਜੀ, ਚੱਕ ਤੋਂ ਫੁੱਟੇ ਦਾ ਲੱਗ ਗਿਆ ਤਾਂ। ਸਰਦਾਰ, ਉਹ ਮੇਰਾ ਜੀ ਕਰਦਾ ਟੋਟੇ ਟੋਟੇ ਕਰਦਾ ਗਦਾਰਾਂ ਦੇ, ਅਸੀਂ ਗਰੀਬ ਜ਼ਰੂਰ ਹਾਂ, ਤੁਹਾਡਾ ਨੂਨ ਖਾਧਾ ਹਰਾਮ ਨਹੀਂ ਕਰਾਂਗੇ, ਵਿਸ਼ਵਾਸ ਰੱਖਿਓ। ਸ਼ਾਬਾਸ਼ ਦਾਰਾ ਸਿਆਂ, ਤਾਂ ਹੀ ਤਾਂ ਭਰਪੂਰ ਸਿੰਘ ਨੇ ਸਾਰੇ ਕਾਰੋਬਾਰ ਦੀ ਜ਼ਿੰਮੇਵਾਰੀ ਤੈਨੂੰ ਸੌਂਪੀ। ਕੋਈ ਨਹੀਂ ਦਾਰਾ ਸਿਆਂ, ਮੈਂ ਸਮਝਦਾ ਤੇਰੇ ਜਜ਼ਬਾਤਾਂ, ਠੰਡ ਰੱਖ ਠੰਡ, ਸਮਾਂ ਆਉਣ 'ਤੇ ਕਿੱਲੀ ਕੱਢਾਂਗੇ। ਬਾਕੀ ਤਾਂ ਰਾਜ ਬਹੁ ਸਾਰਾ ਠੀਕ ਹੈ ਯਾਰ, ਦਾਤਾ ਪੋ ਕੱਲਾ ਉਧਰੋਂ ਹੀ ਮਰ ਗਿਆ। ਤੂੰ ਦਲੀਪ ਸਿਆ ਪੂਰਾ ਫਿਕਰ ਨਾ ਕਰ, ਦੇਬਾ ਸਿਉ ਭੇਜਿਆ ਹੋਇਆ ਸੂ ਲੈਣ ਵਾਸਤੇ ਹੈ, ਲੈ ਆ ਗਿਆ ਦੇਬਾ ਸਿਉ, ਇਹ ਲੈ ਆ ਖਬਰ ਹੋਰ ਕਿਤੇ ਬਸਿਆ,
ਦੇਵਾ ਸਿੰਘ ਇਹ ਦੱਸ ਵੀ ਜਗਰਾਜ ਸਿੰਘ ਤੇ ਭਰਪੂਰ ਸਿੰਘ ਆਪਣੀ ਫੁੱਲ ਮਦਦ ਕਰੋਗੇ? ਮੈਂ ਕਹਿੰਦਾ ਪੱਕਾ ਕਰਨਗੇ। ਹੁਣੇ ਉਹਨਾਂ ਨੇ ਘਰੋਂ ਚਾਹ ਪੀ ਕੇ ਆਇਆ ਬਿਸਕੁਟਾਂ ਦਾ, ਕਹਿੰਦੇ ਸਰਪੰਚ ਜੀ ਤੁਹਾਡੀ ਪੱਕੀ ਹੈ, ਡਟੇ ਰਹੋ ਬਸ, ਉਹ ਖੁੱਲਾ ਵਰਤਾ ਰਹੇ। ਅੱਛਾ ਜੀ, ਸੱਚੀ ਗੱਲ ਹੈ ਪਰ ਯਾਰ ਆਪਾਂ ਤਾਂ ਉਹਨੂੰ ਕਰਾਇਆ ਸੀ। ਠੀਕ ਆ। ਆਪੇ ਚਾਹ ਨੂੰ ਚੂਤ ਵੱਲੀ ਫਿਰੂਗੀ। ਨਾਲੇ ਹੁਣ ਆਪਾਂ ਬਾਈ ਦੇ ਹੱਥ ਰੱਖਤਾ। ਕਾਹਦੇ ਵਾਸਤੇ? ਸਰਪੰਚ ਵਾਸਤੇ। ਪੰਗੇ ਲੈਂਦਾ ਮੰਜੀ ਤੋਂ ਤਾਂ ਉਦੋਂ ਉੱਠਿਆ ਨੀ ਜਾਂਦਾ। ਆਹੋ ਕਹਿੰਦਾ ਧਰਮ ਰਾਜ ਕੋਲ ਗੈਣ ਗੇਮ ਕਰਨਾ ਕਿ ਮਰਦਾ ਕਿ ਸਰਪੰਚੀ ਲੜੀ ਹੈ।
ਛੱਡ ਪਰੇ ਪਾਗਲ ਕਿਸੇ ਥਾਂ ਦਾ। ਚਲੋ ਉੱਠੋ ਮੁੰਡਿਓ, ਲਾਈਏ ਦੋ ਦੋ ਪੈਗ। ਚੱਲ ਆ ਗੱਲ ਵੀ ਠੀਕ ਆ, ਕਰੀਏ ਹੱਕ ਤਾਤੇ। ਤੁਸੀਂ ਲਾਓ ਪੈਗ, ਮੈਂ ਕਿਹੜਾ ਚਾਹ ਦਾ ਸ਼ਕੀਨ ਆ। ਬਗਤੌੜੇ ਹੁਣ ਵੀ ਆ ਗਏ ਬਾਈ, ਬਗਤੌੜ ਜਾ ਬੈਠੋ। ਤਾਂ ਉਧਰ ਕੀ ਬਣਿਆ ਬਾਈ? ਨਾਲੇ ਮੀਟ ਭੇਜਦੀ ਬਾਬਾ। ਚਲੋ ਠੀਕ ਹੈ, ਤੇ ਨਾਲੇ ਤੁਸੀਂ ਆਹ ਕੰਮ ਨਿਬੇੜ ਕੇ ਆਪਦਾ ਤੇ ਰੋਟੀ ਖਾ ਲਓ, ਤੜਕੇ ਫੇਰ ਸੁਨੇਹਾ। ਉਹ ਰੋਟੀ ਖਾਣਾਂਗੇ ਭਰਜਾਈ, ਪਹਿਲਾਂ ਰੋਟੀ ਖਾਣ ਜੋਗਾ ਪੌਦਾ ਜਾਣ ਦੇ। ਇਹਨਾਂ ਦਾ ਬਈ ਜਿੱਤਿਆ ਬਾਪ ਪੂਰੀ ਬਣੀ ਗਈ। ਇਹ ਸੁਣੀ ਸਾਰੇ ਦੀ ਬੱਲੇ ਬੱਲੇ ਬਾਈ ਉਹ ਚ ਪੀਰਾ ਹੁਣ ਸਾਡੇ ਵੱਲੀ ਕੀ ਦੇਖਦਾ ਓਏ ਚਲੀ। ਹਾਂ ਬਾਈ, ਉਹ ਦੇਖ ਓਏ ਕੀ ਸਿੰਧੂ ਆਂਡੇ ਛੱਕੀ ਜਾਂਦਾ। ਓਏ ਰੋਜ਼ ਹੀ ਖਾਂਦਾ, ਇਹ ਕੋਈ ਵੱਡੀ ਗੱਲ ਹੈ? ਸਾਨੂੰ ਗਰੀਬਾਂ ਨੂੰ ਨੂੰ ਤੇ ਆਪ ਆਂਡੇ ਛੱਕੀ ਜਾਂਦੇ ਜੱਟ। ਓਏ ਸਿੰਧੂ, ਤੂੰ ਸੱਚੇ ਆਂਡੇ ਖਾਈ ਜਾਂਦਾ ਯਾਰ? ਇਹਦੇ 'ਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ? ਮੈਂ ਰੋਜ਼ ਹੀ ਆਂਡੇ ਖਾ ਕੇ ਜਾਂਦਾ ਇੱਥੋਂ। ਨਾ ਸਾਨੂੰ ਸੁੱਕਾ ਲੂਣ ਤੇ ਤੁਸੀਂ ਆਂਡੇ ਖਾਓ, ਤੁਹਾਨੂੰ ਆਂਡੇ ਨਹੀਂ ਮਿਲੇ? ਨਾ ਨਾ, ਕੱਲ੍ਹ ਤਾਂ ਯਾਰ 100 ਟਰੇ ਮੰਗਾਈ ਆ ਮੈਂ। ਅੱਛਾ, ਉਹ ਗੱਲ ਹੋਰ ਹੋ ਸਕਦੀ ਹੈ, ਇਹ ਆਂਡੇ ਤੁਹਾਡੇ ਗਰੀਬਾਂ ਵਾਸਤੇ ਨਹੀਂ ਹੋਣੇ, ਸਾਡੇ ਵਾਸਤੇ ਹੋਣਗੇ। ਇਹ ਜੱਟ ਸਾਡੇ ਨਾਲ ਦਰਿਆਵਤ ਕਰਦੇ ਨੇ, ਸਾਨੂੰ ਤਾਂ ਨੂਣ ਹੀ ਖਵਾਈ ਜਾਂਦੇ, ਆਪ ਆਂਡੇ ਹੀ ਛੱਕੀ ਜਾਂਦੇ ਆ। ਨਾ ਫਿਰ ਆਪਾਂ ਗੰਦੀ ਜੀ ਸ਼ਰਾਬ ਕਿਉਂ ਪੀਣੀ ਹੈ? ਆਪਣੇ ਨਾਲ ਪਿਛਕਰਾ ਆ, ਚੱਕ ਤੁਹਾਡਾ ਗਲਾਸ, ਤੁਸੀਂ ਪੀਵੋ ਚੰਗੀਆਂ ਸ਼ਰਾਬਾਂ, ਖਾਓ ਆਂਡੇ ਤੇ ਸਾਨੂੰ ਪਿਆਓ ਆਹ। ਕੀ ਗੱਲ ਹੋ ਗਈ? ਚੱਲ ਪੁੱਛ ਲਓ, ਨਾ ਪਿਛਕਰਾ ਕਰ ਦਿਓ ਸਾਡੇ ਨਾਲ, ਅਗਰ ਤੁਸੀਂ ਕੁਰਸੀਆਂ ਤੇ ਬੈਠੋ ਸਾਨੂੰ ਖੁਰਲੀ ਤੇ ਬਿਠਾ ਦਾ। ਮੇਰੀ ਗੱਲ ਸੁਣੋ, ਉਹਦੇ ਮੁੰਡੇ ਯਾਰ ਬੈਠੋ, ਕੁਰਸੀਆਂ ਕੋ ਕੁਰਸੀਆਂ ਮੰਗਾਉਣੇ ਆ, ਜੇ ਆਂਡੇ ਕੀ ਮੀਟ ਹੈ ਕੋ ਮੀਟ ਬਣਾਉਣਾ।
ਤਾਂ ਸਰਪੰਚ ਕਹਾਉਣਾ ਨੇ 80 ਲੱਖ ਐਤ ਕੀ ਲਾਉਣਾ ਸਰਪੰਚ ਕਹਾਉਣਾ ਨੇ 80 ਲੱਖ ਐਤ ਕੀ ਲਾਉਣਾ ਸਰਪੰਚ ਕਹਾਉਣਾ ਨੇ 80 ਲੱਖ ਐਤ ਕੀ ਲਾਉਣਾ ਸਿਆਸਤ ਦੇ ਨਾਲ ਰਾਜ ਚਲਾਉਣਾ ਕਿਹੜਾ ਜਾਊ ਖੰਘ ਕੁੜੇ ਕਿੱਦਾਂ ਫਿਰਦੇ ਜੱਟ ਦੇ ਮਗਰ ਮਲੰਗ ਕੁੜੇ ਨੀ ਵੇਖੀ ਕਿੱਦਾਂ ਫਿਰਦੇ ਜੱਟ ਦੇ ਮਗਰ ਮਲੰਗ ਕੁੜੇ ਕੱਪੜਾ ਜੇ ਕੱਚਾ ਹੋਊਗਾ ਨਾਲੇ ਦੰਦ ਦੀ ਕਿੰਨੀ ਲਿਆ ਕੇ ਦੇਣੀ ਹੈ
चलो भाई आप चले गए। दारू बहुत वधिया बन गई भाई, बोतल वधिया ही काम कर दिया। बस ਸਰਪੰਚੀ ਦੇ ਨਤੀਜੇ ਦਾ ਐਲਾਨ ਕਰਦਾ ਹਾਂ। ਜਗਰਾਜ ਸਿੰਘ ਜੀ ਸਰਪੰਚ ਚੁਣੇ ਗਏ ਹਨ। ਕਿਰਪਾ ਕਰਕੇ ਸਰਪੰਚ ਸਾਹਿਬ ਸਟੇਜ 'ਤੇ ਆਉਣ। मेरे बापू का शराब मार गया मैनू। चल आया आप लेके जाइए। चल भाई चल। Bye.
चल कोई गल नहीं ताया आके लग हूं गुस्सा थुक भी दे ओ नहीं भतीज मैं नहीं जाना साडे नाल चल ओ भी घर सुड़ा ही है बापू जी जो तुसी खून पसीने नाल बनाया होया मैं तेरे पैरी पग धरदा ठीक पुत मैं तेनू इना नीवा भी नहीं होन दिंदा जे तू इनिया ही मिनटा करदा तां चल मैं तेरे नाल चलदा